ਬਾਈ ਜੀ ਥਾਣਾ ਕਲਖੁਰਦ ਜਗਰੂਰ ਸਿੰਘ ਡਰਾਈਵਰ ਆ, ਉਹਨੇ ਅਖਬਾਰ ਲਾ ਕੇ ਇਹ ਅੱਧੇ ਸ਼ੀਸ਼ੇ ਕੀਤੇ ਹੋਏ ਆ, ਅੱਧੇ ਢੱਕੇ ਹੋਏ ਆ। ਇਹ ਧੁੰਦ ਦੇ ਵਿੱਚ ਬਹੁਤ ਹੀ ਲਾਹੇਵੰਦਕ ਹੈ। ਇੱਕ ਫਿਰੋਜ਼ਪੁਰ ਤੋਂ ਕਿਸੇ ਨੇ ਵਟਸਐਪ ਕੀਤਾ, ਅਸੀਂ ਉਹਨੇ ਵੀ ਇਹੀ ਦੱਸਿਆ ਵੀ ਅੱਧੇ ਸ਼ੀਸ਼ੇ ਢੱਕ ਕੇ ਚੱਲੋ, ਧੁੰਦ ਬਿਲਕੁਲ ਅਸਰ ਨਹੀਂ ਪਊਗਾ ਤੁਹਾਨੂੰ, ਥੱਲੇ ਵਾਲੀ ਸੜਕ ਬਹੁਤ ਸਾਫ਼ ਦਿਸਦੀ ਹੈ, ਆਉਣ ਵਾਲੇ ਬੰਦੇ ਨੂੰ ਵੀ ਕੋਈ ਦਿੱਕਤ ਨਹੀਂ ਪੈਂਦੀ ਅਤੇ ਜਾਂਦਾ ਵੀ ਸੇਫ ਆ ਬੰਦਾ। ਲਾਈਟਾਂ ਅੱਧੀਆਂ ਢੱਕ ਦਿਓ, ਆਹ ਦੇਖੋ ਅਖਬਾਰ ਢੱਕਿਆ ਹੋਇਆ ਅੱਧੀਆਂ ਲਾਈਟਾਂ, ਅੱਗੇ ਕਾਲੀਆਂ ਕਰ ਲੈਂਦੇ ਸੀ ਕਿ ਜੇ ਚੇਪੀ ਲਾ ਕੇ ਜਾਂ ਕੋਈ ਰੰਗ ਲਾ ਕੇ, ਕਾਲਾ ਰੰਗ ਲਾ ਕੇ ਨਾ ਚੇਪ ਲਾ ਦਿੰਦੇ ਸੀਗੇ, ਅੱਧੀਆਂ ਲਾਈਟਾਂ ਢੱਕੀਆਂ ਹੁੰਦੀਆਂ ਸੀਗੀਆਂ। ਹੁਣ ਇਹ ਫਲੈਸ਼ ਤਾਂ ਨੂੰ ਉੱਪਰ ਦੀ ਜਾਂਦੀ ਆ ਕਿਉਂਕਿ ਢੱਕੀਆਂ ਨਹੀਂ ਹੁੰਦੀਆਂ ਲਾਈਟਾਂ। ਹੁਣ ਅਸੀਂ ਅਖਬਾਰ ਲਾਇਆ ਹੋਇਆ, ਇਹ ਅੱਧੀਆਂ 2 ਕੁ ਇੰਚ ਆ ਸਿਰਫ ਛੱਡੀਆਂ ਨੰਗੀਆਂ, ਅਤੇ ਧੁੰਦ ਦਾ ਕੋਈ ਅਸਰ ਨਹੀਂ ਪੈਂਦਾ, ਆਮ ਸਖਤ 65 'ਤੇ ਜਾਂਦੀ ਹੈ ਗੱਡੀ, ਪ੍ਰਯੋਗ ਕੀਤਾ ਹੋਇਆ ਸੀ। ਪੀੜੀਆਂ ਵੀ ਲਾਈਟਾਂ ਕੀਤੀਆਂ ਸਾਡੀਆਂ, ਪਰ ਫਿਰ ਵੀ ਇਹ ਅਸਰ ਨਹੀਂ ਕਰਦੀ। ਐਗਜ਼ਾਮਪਲ, ਇਹ ਬਿਲਕੁਲ ਅਸਰ ਨਹੀਂ ਕਰਦੀ। ਫਿਰ ਹੁਣ ਅੱਧੀਆਂ ਲਾਈਟਾਂ ਢੱਕੀਆਂ ਹੋਈਆਂ, ਇੱਕ ਵਟਸਐਪ 'ਤੇ ਅਸੀਂ ਦੇਖਿਆ ਸੀ, ਉਹ ਪ੍ਰਯੋਗ ਕਰਕੇ ਦੇਖਿਆ ਹੋਇਆ, ਬਿਲਕੁਲ 65 'ਤੇ ਜਾਂਦੀ ਹੈ ਗੱਡੀ, ਬਹੁਤ ਵਧੀਆ ਸੇਫ ਜਾਂਦੀ ਆ, ਅੱਗੋਂ ਵੀ ਦਿਸਦਾ, ਪੂਰਾ ਸੜਕ ਵੀ ਦਿਸਦੀ ਹੈ। ਇਹ ਹਰ ਇੱਕ ਬੰਦੇ ਨੂੰ ਕਰਨਾ ਚਾਹੀਦਾ, ਆਉਣ ਵਾਲੇ ਨੂੰ ਵੀ ਰਸਤਾ ਸਾਫ਼ ਦਿਸਦਾ, ਕਿਉਂਕਿ ਉਹਦੇ ਫਲੈਸ਼ ਨਹੀਂ ਪੈਂਦੀ ਅੱਖਾਂ 'ਚ, ਅਤੇ ਧੁੰਦ ਦੀ ਫਲੈਸ਼ ਵੀ ਨਹੀਂ ਬਣਦੀ ਗੀ, ਇਹ ਬਿਲਕੁਲ ਥੱਲੇ ਸੜਕ ਦਿਖਦੀ ਆ, ਆਮ 65 'ਤੇ ਜਾਂਦੀ ਹੈ ਗੱਡੀ, ਬਹੁਤ ਵਧੀਆ ਸੇਫ ਆ ਜੀ। ਹਰ ਇੱਕ ਬੰਦੇ ਨੂੰ ਇਹ ਚਾਹੀਦਾ, ਅੱਧਾ ਸ਼ੀਸ਼ਾ ਕਾਲਾ ਕਰੇ ਜਾਂ ਅਖਬਾਰ ਕਰੇ, ਅਖਬਾਰ ਲਾਓ। ਬਹੁਤ ਵਧੀਆ ਬਾਈ ਜੀ, ਬਹੁਤ ਵਧੀਆ, ਇਹ ਸੇਫ ਆ, ਐਕਸੀਡੈਂਟ ਵੀ ਘੱਟ ਜਾਣਗੇ। ਮੇਰੀ ਰਿਕੁਐਸਟ ਆ ਸਾਰਿਆਂ ਭਰਾਵਾਂ ਅੱਗੇ, ਗਰੁੱਪ ਵਾਲਿਆਂ ਨੂੰ ਵੀ, ਇਹ ਸਰਦਾਰ ਜਗਰੂਪ ਸਿੰਘ ਨੇ ਵੀ ਪ੍ਰਯੋਗ ਕਰਕੇ ਦੇਖ ਲਿਆ, ਅਸੀਂ ਥਾਣਾ ਕਲਖੁਰਦ ਤੋਂ ਬੋਲ ਰਹੇ ਹਾਂ, SHO ਹਰਦੇਵਪ੍ਰੀਤ ਜੀ ਲੱਗੇ ਸਾਡੇ, ਬਹੁਤ ਵਧੀਆ ਅਸੀਂ ਪ੍ਰਯੋਗ ਕਰਕੇ ਦੇਖਿਆ ਜੀ, ਆਮ ਅਸੀਂ ਤੇਜ਼ ਵੀ ਚਲਾ ਕੇ ਦੇਖੀ ਹੈ ਗੱਡੀ, ਬਿਲਕੁਲ ਸੇਫ ਜਾ ਰਹੀ ਹੈ।